ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਕੋਟਲਾ ਡੂਮ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਲਾਗੇ ਵੀਰ ਜੀ ਉਹਨਾਂ ਨੂੰ ਸ਼੍ਰੀ ਰਾਮ ਤੀਰਥ ਆ, ਅੰਮ੍ਰਿਤਸਰ ਸ਼ਹਿਰ ਇੱਥੋਂ ਲਾਗੇ ਆ ਅਤੇ ਅਜਨਾਲਾ ਦੂਰ ਆ, ਅਤੇ ਸਾਹਿਬ ਸਿੰਘ ਉਹਨਾਂ ਕੋਲ ਆਏ ਹਾਂ। ਗਾਵਾਂ ਟੋਟਲ ਤੁਹਾਨੂੰ ਚਾਰ ਵਿਖਾਉਣੀਆਂ ਵਾ, ਸਾਹਮਣੇ ਹਾਲੇ ਦੋ ਹੀ ਆ ਅਤੇ ਦੋ ਗਾਵਾਂ ਬਿਲਕੁਲ ਲਾਗੇ ਹੀ ਆ ਗਈਆਂ ਵਾ, ਉਹ ਵੀ ਤੁਹਾਨੂੰ ਵੀਡੀਓ 'ਚ ਵਿਖਾਈ ਦੇਣੀਆਂ ਵਾ ਹੁਣੇ, ਅਤੇ ਇੱਕ ਬਿਲਕੁਲ ਉਹ ਵਾਲੇ ਨੋਰਮਲ ਜਿਹੇ ਰੇਟ 'ਚ ਹੌਲੇ ਜਿਹੇ ਭਾਅ 'ਚ ਤੁਹਾਨੂੰ ਐਂਡ 'ਤੇ ਦਿਖਾਉਣੀ ਆ ਵਾਲੀ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ ਠੀਕ ਠਾਕ ਜੀ? ਵਧੀਆ ਵੀਰ ਜੀ, ਵਧੀਆ, ਤੁਸੀਂ ਸੁਣਾਓ? ਸਭ ਠੀਕ ਠਾਕ ਜੀ। ਅਤੇ ਨਾਮ ਦੱਸ ਦਿਓ ਕਰੀ। ਨਾਮ ਮੇਰਾ ਸਾਹ ਸਿੰਘ ਜੀ। ਹਾਂਜੀ। ਪਿੰਡ ਕੋਟਲਾ ਡੂਮ, ਜ਼ਿਲ੍ਹਾ ਅੰਮ੍ਰਿਤਸਰ, ਲਾਗੇ ਰਾਮ ਤੀਰਥ ਨਾਲ ਹੀ ਆ ਰਾਮ ਤੀਰਥ ਨਾ, ਅਤੇ ਫੋਨ ਨੰਬਰ ਵੀ ਬੋਲ ਦਿਓ। ਫੋਨ ਨੰਬਰ ਹੈਗਾ 97812 28722। ਠੀਕ ਹੈ। ਦੋ ਇੱਥੇ ਬੱਜੀਆਂ ਅਤੇ ਦੋ ਆਉਂਦੀਆਂ ਹਨਾ ਗਾਈਆਂ, ਅਤੇ ਇੱਕ ਨਾ ਦੋ ਰਾਤੀ ਵੀ ਹੈਗੀਆਂ, ਜਦੋਂ ਵੀਡੀਓ ਆਪਣਾ ਇਹ ਤਾਂ ਹੋਈ ਉਦੋਂ ਗੱਲ ਹੋਈ, ਉਦੋਂ ਮੇਰੇ ਕੋਲ ਦੋ ਗਾਈਆਂ ਹੋਰ ਹੈਗੀਆਂ ਸੂਈਆਂ। ਠੀਕ ਆ। ਉਹ ਵੀ ਤਾਂ ਕਾਰੋਬਾਰੀ ਬੰਦੇ ਹੁੰਦੇ, ਅਸੀਂ ਵੀਡੀਓ ਪਾਉਣੀ ਉਹ ਲੈ ਗਏ ਆ। ਅੱਛਾ ਅੱਛਾ। ਹਾਂ, ਵੀਡੀਓ ਪਾਈ, ਮੈਂ ਚੱਲ ਤੁਸੀਂ ਲੈ ਜਾਓ, ਕੋਈ ਗੱਲ ਨਹੀਂ, ਵੇਚਣੀਆਂ ਹੀ ਅਸੀਂ। ਠੀਕ ਆ। ਕੁਛ ਉਹ ਜਿਹੜੀ ਅੰਦਰ ਵੱਜੀਆਂ ਵੀ ਵਿਕੀਆਂ ਵਾ ਨਾ, ਉਹਦੀ ਵੀ ਹੁਣ ਗਾਂ ਦਾ ਤੁਹਾਡੇ ਆਇਆ ਤੇ ਸੌਦਾ ਆ, ਉਹਦਾ ਵੀ ਸੌਦਾ ਹੋ ਗਿਆ ਵਾ। ਸੌਦਾ ਆਇਆ ਵਾ। ਠੀਕ ਆ। ਇਸ ਤਰ੍ਹਾਂ ਕਿ ਆਈ ਚਲਾਈ 'ਚ ਲੱਗੀ ਰਹਿੰਦੀ ਆ, ਕਿ ਕੋਈ ਆ ਗਈ ਕੋਈ ਚਲ ਗਈ, ਬਾਕੀ ਉਹ ਵੀ ਦੋ ਗਾਈਆਂ ਆ ਗਈਆਂ ਵਾ ਬਾਹਰ। ਠੀਕ ਆ, ਚਲੋ ਪਹਿਲਾਂ ਫਿਰ ਆਹੀ ਦਿਖਾ ਦਈਏ। ਹਾਂਜੀ ਜੀ। ਤੇ ਕਿੰਨਵਾਂ ਸੂਆ ਸੂਈ ਜੇ? ਇਹ ਵੀ ਜੀ ਦੂਜਾ ਸੂਆ ਸੂਈ ਜੇ। ਤੇ ਕਿੰਨਾ ਚਿਰ ਹੋ ਗਿਆ ਸੂਈ ਦਾ? ਇਹ ਰਾਤੀ ਕੱਲ ਮਤਲਬ 3:30-4 ਵਜੇ ਦੀ ਸੂਈ ਆ। ਅੱਛਾ। ਹਨੇਰੇ ਨੇ ਬੀਜੇਲ ਪਾਈ ਆ। ਠੀਕ ਆ। ਹਾਂਜੀ। ਤੇ ਕਿੰਨੇ ਕੁ ਦੁੱਧ ਵਾਲੀ ਆ? ਦੁੱਧ ਵੀ ਜੀ 13 ਤੋਂ ਪਲੱਸ ਹੀ ਦੇਊਗੀ, ਥੋੜੀ ਕਰਾਉਸ ਹੈ ਨਾ ਵੈੜ। ਹਾਂਜੀ ਹਾਂਜੀ। 13-14 ਲੀਟਰ ਦੇਈ ਜੂਗੀ ਆਰਾਮ ਨਾਲ, ਅਬਲ 15 ਵੀ ਕਰ ਸਕਦੀ, ਕੱਦ ਵਜੂਦ ਬਹੁਤ ਆ। ਇਹ ਆ ਵੀ ਚਲੋ, ਹਾਂਜੀ, ਕੱਦ ਵਜਨ 'ਚ ਚੰਗੀ ਆ, ਬਾਕੀ ਸਿੰਗੇ ਦੇ ਹੈਗੇ ਆ, ਤੇ ਆਹ ਬੱਚਾ ਤਾਜ਼ੀ ਸੂਈ ਆ, ਇਹ ਠੰਡੀ ਠੁੰਡੀ ਹੈਗੀ, ਭਾਵੇਂ ਤਾਜ਼ੀ ਸੂਈ ਆ, ਕੋਈ ਲੱਪੇ ਲੁੱਪੇ 'ਚ ਨਹੀਂ, ਤੇ ਠੰਡੀ ਧੇਰੀ ਆ। ਖੋਲੋ ਫਿਰ ਤੋਰ ਦਈਏ। ਥਣ ਵੀ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ। ਉਹ ਵੀ ਗੱਡੀ ਲੱਗ ਗਈ ਆ ਗਈ ਆ, ਉਹ ਵੀ ਤੁਹਾਨੂੰ ਹੁਣ ਦਿਖਾ ਦਿੰਦੇ। ਲੈ ਜਾ। ਬਾਕੀ ਕੱਦ ਕਾਠ ਵੇਖ ਲਈ ਦੀ ਚੰਗੀ ਆ, ਤੇ ਇਹਦਾ ਫਿਰ ਮੁੱਲ ਵੀਰ ਜੀ ਵੇਖ ਲਓ, ਜਿੰਨੀ ਕੱਦ ਵਜਣ ਜਿੰਨੀ ਚਮਕ ਨਮਕ ਆ। ਹਾਂਜੀ। ਮੁੱਲ ਤਾਂ ਭਾਵੇਂ 50 ਹੀ ਇਹਦਾ ਕਰ ਦਈਏ। 50 ਤਾਂ ਫਿਰ ਜ਼ਿਆਦਾ ਜੇ, ਬਾਕੀ ਤੁਸੀਂ ਵੇਖ ਲਓ ਜਿੰਨੇ ਦੇਣੀ ਆ ਉਹਨੇ ਦੇ ਦਾਂਗੇ। ਸਿੰਘਾਂ ਦੇ ਹਿਸਾਬ ਨਾਲ ਮੁੱਲ ਕਰ ਦਈਏ, ਤੁਹਾਨੂੰ ਪਤਾ ਫਿਰ ਫਰਕ ਤਾਂ ਪੈਣਾ ਹੀ ਆ। 40,000 ਤੋਂ ਮਾਨਤਨ ਕਰ ਦਾਂਗੇ ਵੀਰ ਜੀ। ਕਿੰਨਾ? ਜਿੰਨਾ ਮਰਜ਼ੀ ਕਰਾ ਲਓ ਵੀਰ ਜੀ, ਤੁਸੀਂ ਆਪ ਕਰਾ ਲਓ। ਚਲੋ ਫਿਰ 40,000-3 ਛੱਡ ਦਈਏ, 37 ਦੀ ਦੇ ਦਈਏ। ਦੇ ਦਾਂਗੇ ਵੀਰ ਜੀ, ਦੇ ਦਾਂਗੇ, ਭੈਣ ਭਰਾ ਫੋਨ ਲਾਵੇ ਹੋਰ ਮਾਨਤਨ ਕਰ ਦਾਂਗੇ। ਠੀਕ ਆ। ਬਾਕੀ ਗਾਂ ਵੱਡੀ ਆ। ਠੀਕ ਆ। ਤੇ ਆਹ ਫਿਰ ਬਾਅਦ 'ਚ ਵਿਖਾਉਂਦੇ ਹਾਂ, ਪਹਿਲਾਂ ਉਹ ਵਿਖਾ ਦਈਏ ਨਾ ਆਪਾਂ। ਆਹ ਦੇਖ ਸਕਦੇ ਗੱਡੀ 'ਚ ਲੱਥ ਗਈਆਂ, ਹਜੇ ਹੁਣੇ ਆਈਆਂ ਦੋਵੇਂ, ਹਜੇ ਗੱਭਣਾ ਆਈਆਂ ਦੋਵੇਂ। ਪਹਿਲਾਂ ਤੁਹਾਨੂੰ ਜਿਹੜੀ ਆਹ ਵਾਲੀ ਦਿਖਾ ਦਈਏ। ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਘੱਟ ਚੰਗਾ ਵਾ ਇਹਦਾ। ਲੈ ਜਾਓ। ਸੂਆ ਕਿਨਵਾਂ ਵਿੱਜੀ ਇਹਦਾ? ਵਿੱਜੀ ਪਹਿਲਾ ਸੂਆ ਜੇ, ਥੋੜੀ ਸਫ਼ਰ ਦੇ ਨਾਲ ਨਾ ਥੋੜਾ ਕੁ ਬੁੱਝ ਗਈ ਹਾਲ ਦੀ ਘੜੀ ਹੈ। ਅੱਛਾ।
ਲੱਥੀਆਂ ਉਸੇ ਵੇਲੇ ਤੁਹਾਨੂੰ ਦਿਖਾਤੀਆਂ ਲੈ ਜੇ ਤੋਰ ਦੋ ਇਹ ਪਾਉਣੀ ਹੈ ਤੇ ਅਗਲੀ ਵੀਡੀਓ ਚ ਹੀ ਠੀਕ ਹੈ ਉਹ ਗਾਂ ਵੀ ਵੇਗੀ ਤੇ ਮਾਂ ਹੁਣ ਵੇਖ ਕੱਲੀ ਦੀ ਥੋੜੀ ਆਪਾਂ ਪਾਣੀ ਠੀਕ ਹੈ ਹੈ ਵੀ ਦੰਦਾ ਜਾ ਵੈੜ ਤੇ ਉਤਰਾ ਕਿੰਨਾ ਕੁ ਦੁੱਧ ਦੇ ਚਵਾਈ ਜਾਊਗੀ ਵੀਜੀ ਦੁੱਧ 16 17 ਲੀਟਰ ਤੋਂ ਬਾਹਰ ਹੀ ਦੇਣਾ ਨੇ ਅੱਛਾ ਹਾਂਜੀ ਠੀਕ ਹੈ ਕੱਦ ਬੂਤ ਵੇਖੋ ਕਿੱਦਾਂ ਵਛੀ ਦਾ ਠੀਕ ਹੈ ਤੇ ਦੂਸਰੀ ਵੀ ਤੋਰੀ ਤੀ ਹੈ ਫਿਰ ਹਾਂਜੀ ਦੂਜੀ ਤੋਰੀ ਇਹਦਾ ਕਾ ਵੀ ਥਣ ਬੜਾ ਪਿਆਰਾ ਲੱਗਾ ਵਾ ਬਾਕੀ ਥੱਲਿਆਂ ਚੰਗੇ ਖੁੱਲੇ ਹਵਾਨੇ ਦੀ ਹੈ ਵੀ ਬਾਕੀ ਕਾਦੇ ਦਾ ਬਹੁਤਾ ਉੱਚਾ ਨਹੀਂ ਆ ਪਰ ਥੱਲਿਓਂ ਬੜੀ ਕਮਾਲ ਦੀ ਤਿਆਰ ਹੁੰਦੀ ਥਾਣੇ ਦੇਖ ਸਕਦੇ ਇਹਦੇ ਵੀ ਲਾਗੇ ਤਾਂ ਚਲੋ ਲੈ ਜਾਓ ਫਿਰ ਬਾਕੀ ਸਫ਼ਰ ਦੇ ਨਾਲ ਥੋੜੀਆਂ ਜੇ ਉਹ ਗਾਂ ਨਾ ਵੀ ਹੁੰਦੀ ਤੇ ਫਿਰ ਮੈਂ ਨਹੀਂ ਪਾਉਣੀ ਅਗਲੀ ਵੀਡੀਓ ਚ ਫਿਰ ਅਗਲੀ ਚ ਪਾਉਣੀਆਂ ਫਿਰ ਆਪੇ ਡੰਗ ਤੱਕ ਦੇ ਦਾ ਹਾਂਜੀ ਹਾਂਜੀ ਬਾਕੀ ਚਲੋ ਸਾਰੇ ਵੀਰਾਂ ਨੂੰ ਪਤਾ ਹੀ ਆ ਸਫ਼ਰ 'ਚ ਅਜੇ ਆਈਆਂ ਵਾ ਤੇ ਕਰਕੇ ਅਜੇ ਰੱਜੀਆਂ ਰੁੱਜੀਆਂ ਨਹੀਂ ਆ ਜਿਹੜੇ ਭੈਣ ਭਰਾ ਲਾਊਗਾ ਫੋਨ ਬਾਕੀ ਇਹਨਾਂ ਦਾ ਮੁੱਲ ਦਵਾਂ ਦਾ ਜਿਹੜਾ ਵੀ ਆਪਾਂ ਫੋਨ 'ਚ ਕਰ ਲਾਂਗੇ ਅੱਛਾ ਜਾਇਜ਼ ਹੀ ਰੱਖਣਾ ਵਾ ਜਾਇਜ਼ ਹੀ ਰੱਖਣਾ ਬੋਲਾਂ ਜੀ ਫਿਰ ਜੇ ਸਲਾਹ ਕਰਨੀ ਕਿ ਘਰੇ ਕਿੰਨੇ ਕੁ ਸਲਾਹ ਕਰਨੀ ਖਰਚੇ ਭਾੜੇ ਵਾਲੇ ਕਿਰਾਏ ਜਦੋਂ ਅਸੀਂ ਨਾ ਹਿਸਾਬ ਦਾ ਕਰਕੇ ਫਿਰ ਕੋਈ ਨਹੀਂ ਮੋੜਦੇ ਨਹੀਂ ਇਹਨਾਂ ਤੋਂ ਅੱਛਾ ਜੀ ਦੇ ਦਾਂਗੇ ਕੋਈ ਫੋਨ ਲਾਵੇ ਇੱਕ ਵਾਰੀ ਹੈ ਨਾ ਠੀਕ ਹੈ ਅਤੇ ਇੱਕ ਉਹ ਖਾ ਲਊਂਗਾ ਹੁਣ ਜਿਹੜੀ ਐਂਡ 'ਤੇ ਰਹਿ ਗਈ ਇੱਕ ਨਿੱਕੇ ਨਿੱਕੇ ਸਿੰਗ ਇਹਦੇ ਹੈਗੇ ਆ ਤੋਰ ਦਿਓ ਫਿਰ ਇਹਨਾਂ ਵੀ ਇਹ ਵੀ ਗੱਭਣ ਹੀ ਆ ਜੇ ਕੱਦ ਕੱਠ ਇਹਦਾ ਵੀ ਚਲੋ ਚੰਗਾ ਵਾ ਬਾਕੀ ਇਹ ਵੀ ਸਰੀਰੋਂ ਥੋੜ੍ਹੀ ਇੱਕ ਕਾਲੀ ਆ ਜਿਹੜੀ ਹੈ ਬਹੁਤੀ ਰਾਜੀ ਨਹੀਂ ਆ ਉਤਰਾ ਚਲੋ ਕੱਦ ਕੱਠ ਚੰਗਾ ਵਾ ਚੰਗੀ ਬੇਲ ਵੱਠਾ ਬੜਾ ਵੇ ਜਰਸੀਆਂ ਦੇ ਹਿਸਾਬ ਨਾਲ ਜੇ ਲਾਈਏ ਉਸ ਹਿਸਾਬ ਨਾਲ ਠੀਕ ਹੈ ਜੀ ਲੈ ਜਾਓ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਦੀਦੀ ਜੈ ਜੀ ਦੇ ਦੇਣਾ ਹਫ਼ਤਾ 10 ਦਿਨ ਖੜਦੀ ਆ ਹਾਂਜੀ ਸਾਂਭ ਛੱਡ ਕੇ ਦੇ ਦਾਂਗੇ ਵੀਰ ਜੀ ਮੁੱਲ ਜੇ ਤਿਆਰ ਕਰਕੇ ਆਪਾਂ 35 ਦੀ ਵੇਚ ਲਓ ਅੱਛਾ ਹੁਣ 30 ਅੰਦਰ ਹੀ ਦੇ ਦੇਣੀ ਵੀਰ ਜੀ ਕਿੰਨੀ ਅੰਦਰ 2000 ਅੰਦਰ ਪਾਸ ਕਰਕੇ ਅੱਖੀ ਵੇਖ ਚਾਹ ਕੇ ਖੜੋ ਪ੍ਰੋਪਰ ਪਤਾ ਲੱਗ ਜਾਂਦਾ ਕੱਦ ਕਾਟ ਦਾ ਸਾਰੀਆਂ ਚੀਜ਼ਾਂ ਦਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ